ਹੈਲੋ ਦੋਸਤੋ, ਤੁਹਾਡਾ ਸਾਡੇ ਚੈਨਲ 'ਚ ਬਹੁਤ ਬਹੁਤ ਸਵਾਗਤ ਹੈ। ਸਾਡੇ ਨਾਲ ਜੁੜੇ ਰਹਿਣ ਲਈ, ਬਣੇ ਰਹਿਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਆਏ ਦਿਨ ਅਸੀਂ ਤੁਹਾਨੂੰ ਨਵੀਂ ਨੋਟੀਫਿਕੇਸ਼ਨ ਦਿੰਦੇ ਹਾਂ, ਭਾਵੇਂ ਕਿਸੇ ਰਿਜ਼ਲਟ ਨੂੰ ਲੈ ਕੇ ਹੋਵੇ, ਭਾਵੇਂ ਉਹ CTET PTET ਦੀ ਨਿਊਜ਼ ਹੋਵੇ, ਟੀਚਰ ਬੇਸ ਨਿਊਜ਼ ਹੋਵੇ, ਜਾਂ ਫਿਰ ਕੋਈ ਨਵੀਂ ਨੋਟੀਫਿਕੇਸ਼ਨ ਕੋਈ ਵੀ ਆਈ ਹੋਵੇ। ਅੱਜ ਵੀ ਅਸੀਂ ਤੁਹਾਡੇ ਲਈ CTET ਦੇ ਪੇਪਰ ਨੂੰ ਲੈ ਕੇ ਇੱਕ ਨਿਊਜ਼ ਲੈ ਕੇ ਆਏ ਹਾਂ, ਜੋ ਕਿ CTET ਦੇ ਕੈਂਡੀਡੇਟ ਦੇ ਲਈ ਬਹੁਤ ਵੱਡੀ ਨਿਊਜ਼ ਹੈ। ਆਹ ਤੁਹਾਡੇ ਮੂਹਰੇ ਫੋਟੋ ਫਲੈਸ਼ ਹੋ ਰਹੀ ਹੈ, ਇਹ ਨਿਊਜ਼ ਲੀਕ ਹੋਈ ਹੈ, ਆ ਲਿਖਿਆ ਹੋਇਆ ਤੁਸੀਂ ਉੱਤੇ ਦੇਖੋ ਕਿ ਹੁਣ ਔਨਲਾਈਨ ਹੋਵੇਗੀ CTET ਦੀ ਪ੍ਰੀਖਿਆ। ਜਿਹੜਾ CTET ਦਾ ਐਗਜ਼ਾਮ ਲੈਣਾ ਸਰਕਾਰ ਨੇ, ਉਹ ਔਫਲਾਈਨ ਨਹੀਂ ਹੁਣ ਔਨਲਾਈਨ ਲੈਣਾ। ਜਿਹੜਾ ਸਤੰਬਰ ਦੇ ਵਿੱਚ ਹੋਊਗੀ CTET ਦੀ ਪ੍ਰੀਖਿਆ, ਇਸੇ ਸਾਲ ਸਤੰਬਰ ਦੀ ਪ੍ਰੀਖਿਆ, ਇਹਦੇ 'ਚ ਹੀ ਲਾਗੂ ਹੋ ਜੂਗਾ ਇਹ ਵਾਲਾ ਚੀਜ਼। ਇਹ ਹਲੇ ਲੀਕ ਨਿਊਜ਼ ਹੈ, ਕਨਫਰਮ ਨਿਊਜ਼ ਨਹੀਂ। ਦੇਖੋ ਸਾਈਡ 'ਤੇ ਇੱਕ ਪਾਸੇ ਰਾਈਟ ਵਾਲੇ ਪਾਸੇ ਲਿਖਿਆ ਹੋਇਆ ਕਿ ਸਤੰਬਰ ਕੀ ਪ੍ਰੀਖਿਆ ਸੇ ਲਾਗੂ ਹੋ ਸਕਤੀ ਹੈ ਨਈ ਵਿਵਸਥਾ। ਇਹ ਲਿਖਿਆ ਹੋਇਆ ਕਿ ਸਤੰਬਰ ਦੀ ਜਿਹੜੀ ਪ੍ਰੀਖਿਆ, ਇਹਦੇ ਤੋਂ ਹੀ ਲਾਗੂ ਹੋ ਜਾਣੀ ਹੈ ਔਨਲਾਈਨ ਜਿਹੜੀ CTET ਦੀ ਪ੍ਰੀਖਿਆ। ਅਤੇ ਨਾਲ ਉਹਨਾਂ ਨੇ ਇੱਕ ਮਿਡਲ ਦੇ ਵਿੱਚ ਲਿਖਿਆ ਹੋਇਆ ਕਿ ਜਲਦੀ ਹੀ ਜਾਰੀ ਹੋਊਗੀ ਅਧਿਸੂਚਨਾ, ਮਤਲਬ ਜਲਦੀ ਹੀ ਨਵੀਂ ਨੋਟੀਫਿਕੇਸ਼ਨ ਵੀ ਉਹ ਕੱਢ ਦੇਣਗੇ ਵੀ ਇਹਦੀ ਜਿਹੜੀ ਔਨਲਾਈਨ ਪ੍ਰੀਖਿਆ ਲੈਣ ਬਾਰੇ। ਅਤੇ ਬਾਕੀ ਉੱਪਰ ਵਾਲੇ ਪਾਸੇ ਉਹਨਾਂ ਨੇ ਲਿਖਿਆ ਹੋਇਆ ਵੀ CTET ਪ੍ਰੀਖਿਆ ਦੇ ਵਿੱਚ, ਜਿਹੜੀ CTET ਦੇ ਪੇਪਰ ਦੇ ਵਿੱਚ, ਜਿਹੜੀ ਗਿਆਨ ਅਤੇ ਕੌਸ਼ਲ ਤੋਂ ਇਲਾਵਾ ਹੁਣ ਸ਼ਿਕਸ਼ਕ ਦੇ ਜਿਹੜੇ ਟੀਚਰ ਆ ਉਹਨਾਂ ਦੇ ਰਵੱਈਏ ਨੂੰ ਵੀ ਵੇਖਿਆ ਜਾਊਗਾ, ਜਾਂਚਿਆ ਜਾਊਗਾ। ਇੱਕ ਗੱਲ ਹੋਰ ਕਿ ਜਿਹੜੀ CBSE ਹੈ, ਇਹੀ ਪੂਰੇ ਦੇਸ਼ ਦੇ ਵਿੱਚ CTET ਦੀ ਪ੍ਰੀਖਿਆ ਕਰਵਾਉਂਦਾ ਹੈ, ਅਤੇ CBSE ਨੇ ਹੀ ਇਹ ਨਵਾਂ ਫੈਸਲਾ ਲਿਆ। ਉਹਨਾਂ ਦੇ ਜਿਹੜੇ ਪ੍ਰਮੁੱਖ ਹੈਗੇ ਹੈ ਸੰਤੋਸ਼ ਮਧਿਊ, ਉਹਨਾਂ ਨੇ ਕਿਹਾ ਕਿ ਜਿਹੜਾ ਪੂਰੇ ਦਾ ਪੂਰਾ ਅਸੀਂ ਪੈਟਰਨ ਬਦਲ ਦਿਆਂਗੇ। ਸਭ ਤੋਂ ਪਹਿਲਾਂ ਤਾਂ ਇਹੀ ਬਦਲਿਆ ਕਿ ਔਫਲਾਈਨ ਨੂੰ ਅਸੀਂ ਔਨਲਾਈਨ ਕਰਤਾ, ਬਾਕੀ ਉਹ ਕਹਿੰਦੇ ਪੇਪਰ ਲੈਣ ਦੀ ਜਿਹੜੀ ਪੂਰੀ ਸੈਟਲਮੈਂਟ ਸੀ ਉਹਦੇ ਵਿੱਚ ਵੀ ਅਸੀਂ ਪੂਰੀ ਤਰ੍ਹਾਂ ਨਾਲ ਬਦਲਾਵ ਕੀਤੇ ਹੈ। ਬਣੇ ਰਹੋ ਸਾਡੇ ਨਾਲ, ਹੋਰ ਨਿਊਜ਼ ਆਈ ਜਾਂ ਕਨਫਰਮ ਨਿਊਜ਼ ਇਹ ਵੀ ਹੁੰਦੀ ਹੈ, ਉਹ ਵੀ ਅਸੀਂ ਤੁਹਾਨੂੰ ਸਭ ਤੋਂ ਪਹਿਲਾਂ ਦੇਵਾਂਗੇ। ਆਹ ਤੁਸੀਂ ਦੇਖ ਸਕਦੇ ਹੋ ਜਿਹੜਾ ਤੁਹਾਡੇ ਮੂਹਰੇ ਪੇਜ ਫਲੈਸ਼ ਹੋ ਰਿਹਾ ਸੀ। ਬਹੁਤ ਬਹੁਤ ਧੰਨਵਾਦ, ਬਹੁਤ ਬਹੁਤ ਸ਼ੁਕਰੀਆ।